ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਸੰਧੂ ਫੈਮਿਲੀ ਵਲੌਗ। ਅੱਜ ਆਪਾਂ ਬਣਾਵਾਂਗੇ ਜੀ ਦਾਲ ਤੜਕਾ, ਬਿਲਕੁਲ ਪੰਜਾਬੀ ਸਟਾਈਲ ਚ। ਜਦੋਂ ਆਪਾਂ ਦਾਲ ਤੜਕਾ ਬਣਾਉਣੇ ਆ ਤੇ ਆਪਣੇ ਜਿਹੜੇ ਦਿਮਾਗ ਵਿੱਚ ਇੱਕ ਗੱਲ ਸਟੱਕ ਕਰਦੀ ਆ ਵੀ ਇਹ ਜਿਹੜੀ ਦਾਲ ਆਪਣੀ ਬਣੀ ਆ ਬਿਲਕੁਲ ਰੈਸਟੋਰੈਂਟ ਵਰਗੀ ਨਹੀਂ ਬਣੀ। ਅੱਜ ਮੈਂ ਤੁਹਾਨੂੰ ਇਹੋ ਜਿਹਾ ਤਰੀਕਾ ਦੱਸਾਂਗੀ ਵੀ ਜਿਹੜੀ ਆਪਾਂ ਘਰ ਵਿੱਚ ਵੀ ਦਾਲ ਬਣਾਵਾਂਗੇ ਉਹ ਬਿਲਕੁਲ ਰੈਸਟੋਰੈਂਟ ਵਰਗੀ ਬਣੇਗੀ। ਦਾਲ ਤੜਕਾ ਬਣਾਉਣ ਵਾਸਤੇ ਮੈਂ ਮਸਰ ਦੀ ਦਾਲ ਲਈ ਹੈ ਤੇ ਮੂੰਗੀ ਦੀ ਦਾਲ ਲਈ ਹੈ। ਜਿਹੜੀ ਮਸਰ ਦੀ ਦਾਲ ਆ ਉਹ ਹਾਫ ਲੈਣੀ ਹੈ ਮੂੰਗੀ ਦੀ ਦਾਲ ਤੋਂ। ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲਈ ਹੈ, ਕੜਾਹੀ ਦੇ ਵਿੱਚ ਮੂੰਗੀ ਦੀ ਦਾਲ ਪਾ ਲਵਾਂਗੇ। ਮੈਂ ਦਾਲ 20 ਮਿੰਟ ਪਹਿਲਾਂ ਭਿਓ ਲਈ ਹੋਈ ਸੀਗੀ, ਨਾਲ ਹੀ ਮਸਰ ਦੀ ਦਾਲ ਪਾ ਲਵਾਂਗੇ। ਥੋੜਾ ਜਿਹਾ ਆਪਾਂ ਚੌਪਡ ਗਾਰਲਿਕ ਪਾਵਾਂਗੇ, ਲਸਣ ਬਰੀਕ ਬਰੀਕ ਕੱਟਿਆ ਹੋਇਆ ਤੇ ਥੋੜੀ ਜਿਹੀ ਹਰੀ ਮਿਰਚ। ਉਸ ਤੋਂ ਬਾਅਦ ਆਪਾਂ ਵਿੱਚ ਪਾਣੀ ਪਾਵਾਂਗੇ। ਪਾਣੀ ਪਾਉਣ ਤੋਂ ਬਾਅਦ ਜਿਹੜਾ ਗੈਸ ਆ ਉਹ ਆਪਾਂ ਔਨ ਕਰ ਦਿਆਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਨਮਕ ਪਾ ਦਿਆਂਗੇ। ਉਸ ਤੋਂ ਬਾਅਦ ਥੋੜੀ ਜਿਹੀ ਹਲਦੀ ਪਾ ਦਿਆਂਗੇ ਵਿੱਚ ਤੇ ਥੋੜਾ ਜਿਹਾ ਹਾਫ ਟੇਬਲ ਸਪੂਨ ਆਪਾਂ ਵਿੱਚ ਘਿਓ ਦਾ ਪਾਵਾਂਗੇ ਤਾਂ ਕਿ ਜਿਹੜੀ ਦਾਲ ਆ ਉਹ ਆਪਣੀ ਜਦੋਂ ਰਿੱਝੇਗੀ ਉਹ ਉਬਲੇਗੀ ਨਹੀਂ। ਤੁਸੀਂ ਕੋਈ ਵੀ ਕੁਕਿੰਗ ਆਇਲ ਪਾ ਸਕਦੇ ਹੋ ਜਿਹੜਾ ਤੁਸੀਂ ਘਰ ਦੇ ਵਿੱਚ ਯੂਜ ਕਰਦੇ ਹੋ। ਇਹਨੂੰ ਆਪਾਂ ਮਿਕਸ ਕਰ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਕਵਰ ਕਰਕੇ ਇਹਨੂੰ ਪਕਾਵਾਂਗੇ। ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਥਿੱਕ ਦਾਲ ਆਪਣੀ ਬਣ ਕੇ ਰੈਡੀ ਹੈ, ਬਿਲਕੁਲ ਦਾਲ ਜਿਹੜੀ ਉਹ ਗਲ ਚੁੱਕੀ ਹੈ, ਪੂਰੀ ਚੰਗੀ ਤਰ੍ਹਾਂ ਘੁਲ ਚੁੱਕੀ ਹੈ। ਹੁਣ ਆਪਾਂ ਇੱਧਰ ਲਾਵਾਂਗੇ ਤੜਕਾ ਦੂਸਰੀ ਕੜਾਹੀ ਦੇ ਵਿੱਚ। ਤੜਕਾ ਲਾਉਣ ਵਾਸਤੇ ਆਪਾਂ ਇੱਕ ਪੈਨ ਲਿਆ, ਪੈਨ ਦੇ ਵਿੱਚ ਆਪਾਂ ਘਿਓ ਪਾ ਲਵਾਂਗੇ। ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ ਕਰ ਸਕਦੇ ਹੋ। 2 ਟੇਬਲ ਸਪੂਨ ਆਪਾਂ ਘਿਓ ਦੇ ਪਾਏ ਆ ਇਹਦੇ ਵਿੱਚ। ਹੁਣ ਆਪਾਂ ਜੀਰਾ ਪਾਵਾਂਗੇ ਤੇ ਕੁੱਟਿਆ ਹੋਇਆ ਸਾਬਤ ਧਨੀਆ ਤੇ ਚੰਗੀ ਤਰ੍ਹਾਂ ਭੁੰਨ ਲਵਾਂਗੇ। ਜੀਰਾ ਤੇ ਧਨੀਆ ਭੁੰਨਣ ਤੋਂ ਬਾਅਦ ਆਪਾਂ ਵਿੱਚ ਚੌਪ ਕੀਤਾ ਹੋਇਆ ਗਾਰਲਿਕ ਤੇ ਜਿੰਜਰ ਪਾ ਦਿਆਂਗੇ, ਲਸਣ ਅਦਰਕ ਬਰੀਕ ਬਰੀਕ ਕੱਟਿਆ ਹੋਇਆ ਤੇ ਇਹਨਾਂ ਨੂੰ ਹਲਕਾ ਜਿਹਾ ਗੋਲਡਨ ਬਰਾਊਨ ਕਰਾਂਗੇ। ਲਸਣ ਅਦਰਕ ਭੁੰਨਣ ਤੋਂ ਬਾਅਦ ਆਪਾਂ ਵਿੱਚ ਚੌਪ ਕੀਤਾ ਹੋਇਆ ਪਿਆਜ਼ ਪਾ ਦੇਵਾਂਗੇ, ਇੱਕ ਵੱਡਾ ਪਿਆਜ਼ ਲਿਆ ਮੈਂ ਤੇ ਇਹਨੂੰ ਵੀ ਆਪਾਂ ਗੋਲਡਨ ਬਰਾਊਨ ਕਰਾਂਗੇ। ਜਿਹੜੇ ਆਪਾਂ ਵਿੱਚ ਪਿਆਜ਼ ਪਾਏ ਸੀ ਜੀ ਉਹ ਹਲਕੇ ਜਿਹੇ ਬਰਾਊਨ ਹੋ ਚੁੱਕੇ ਆ, ਹੁਣ ਆਪਾਂ ਵਿੱਚ ਟਮਾਟਰ ਪਾ ਦੇਵਾਂਗੇ। ਟਮਾਟਰ ਪਾਉਣ ਤੋਂ ਬਾਅਦ ਤਕਰੀਬਨ ਆਪਾਂ 1.5 ਮਿੰਟ ਵਾਸਤੇ ਇਹਨਾਂ ਨੂੰ ਭੁੰਨਾਂਗੇ। ਜਿਹੜਾ ਚੁੱਲ੍ਹੇ ਦਾ ਸੇਕ ਆ ਉਹ ਆਪਾਂ ਮੀਡੀਅਮ ਤੇ ਰੱਖਣਾ ਹੈ ਤੇ ਮੱਠੇ ਮੱਠੇ ਸੇਕ ਤੇ ਆਪਾਂ ਇਹਨਾਂ ਨੂੰ ਭੁੰਨਣਾ। 1 ਮਿੰਟ ਟਮਾਟਰ ਭੁੰਨਣ ਤੋਂ ਬਾਅਦ ਆਪਾਂ ਵਿੱਚ ਹਰੀ ਮਿਰਚ ਪਾ ਦੇਵਾਂਗੇ ਤੇ ਨਾਲ ਹੀ ਥੋੜਾ ਜਿਹਾ ਨਮਕ। ਯਾਦ ਰੱਖਣਾ ਤੁਸੀਂ ਨਮਕ ਪਹਿਲਾਂ ਵੀ ਪਾਇਆ ਹੋਇਆ, ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਤੁਸੀਂ ਨਮਕ ਤੇ ਉਸ ਤੋਂ ਬਾਅਦ ਵਿੱਚ ਲਾਲ ਮਿਰਚ ਪਾ ਦਿਆਂਗੇ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਤਕਰੀਬਨ 1 ਜਾਂ 1.5 ਮਿੰਟ ਵਾਸਤੇ ਹੋਰ ਭੁੰਨਾਂਗੇ ਤਾਂ ਕਿ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ। ਲਓ ਜੀ ਜਿਹੜੇ ਮਸਾਲੇ ਆਪਾਂ ਵਿੱਚ ਪਾਏ ਸੀ ਉਹ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਆ। ਹੁਣ ਆਪਾਂ ਵਿੱਚ ਹਰਾ ਧਨੀਆ ਪਾ ਦਿਆਂਗੇ, ਨਾਲ ਹੀ ਆਪਾਂ ਗਰਮ ਮਸਾਲਾ ਪਾ ਦਿਆਂਗੇ। ਗਰਮ ਮਸਾਲੇ ਦਾ 1 ਚਮਚ ਲਿਆ ਜੀ ਮੈਂ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਸੇ ਤਰ੍ਹਾਂ ਹੀ ਆਪਾਂ 1 ਮਿੰਟ ਵਾਸਤੇ ਹੋਰ ਪਕਾਵਾਂਗੇ। ਲਓ ਜੀ ਆਪਣਾ ਤੜਕਾ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਜੀ ਤੜਕੇ ਨੇ ਜਿਹੜਾ ਘਿਓ ਛੱਡ ਦਿੱਤਾ ਹੋਇਆ ਹੈ। ਹੁਣ ਆਪਾਂ ਗੈਸ ਕਰ ਦਿੰਦੇ ਹਾਂ ਬੰਦ ਤੇ ਇਹਨੂੰ ਆਪਾਂ ਦਾਲ ਦੇ ਵਿੱਚ ਪਾ ਦਿਆਂਗੇ। ਦਾਲ ਦੇ ਵਿੱਚ ਤੜਕਾ ਪਾ ਕੇ ਗੈਸ ਔਨ ਕਰ ਦਿਆਂਗੇ ਆਪਾਂ, ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ
ਤੇ ਤਕਰੀਬਨ 1-2 ਮਿੰਟ ਵਾਸਤੇ ਆਪਾਂ ਪਕਾਵਾਂਗੇ ਇਸੇ ਤਰ੍ਹਾਂ ਹੀ ਤਾਂ ਕਿ ਜਿਹੜਾ ਤੜਕਾ ਆਪਣਾ ਚੰਗੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਹੋ ਜਾਵੇ। ਆਪਾਂ ਨੂੰ 1-2 ਮਿੰਟ ਹੋ ਚੁੱਕੇ ਜੀ ਦਾਲ ਨੂੰ ਕੁੱਕ ਕਰਦਿਆਂ ਨੂੰ। ਹੁਣ ਆਪਾਂ ਹਰਾ ਧਨੀਆ ਉੱਪਰ ਪਾ ਦੇਵਾਂਗੇ ਥੋੜਾ ਜਿਹਾ ਜਿਹੜਾ ਆਪਾਂ ਬਚਾ ਕੇ ਰੱਖ ਲਿਆ ਸੀ ਤੇ ਚੁੱਲ੍ਹੇ ਨੂੰ ਕਰ ਦਿਆਂਗੇ ਬੰਦ। ਲਓ ਜੀ ਪੰਜਾਬੀ ਸਟਾਈਲ ਦਾਲ ਤੜਕਾ ਬਣ ਕੇ ਆਪਣਾ ਬਿਲਕੁਲ ਰੈਡੀ ਹੋ ਚੁੱਕਿਆ ਹੈ, ਬਿਲਕੁਲ ਰੈਸਟੋਰੈਂਟ ਵਰਗਾ। ਤੁਸੀਂ ਮੇਰੇ ਇਸੇ ਹੀ ਤਰੀਕੇ ਨਾਲ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੇ ਮੇਰੇ ਨਾਲ ਕਮੈਂਟ 'ਚ ਜ਼ਰੂਰ ਸ਼ੇਅਰ ਕਰਿਓ ਵੀ ਤੁਹਾਡੇ ਘਰ ਵਿੱਚ ਦਾਲ ਤੜਕਾ ਕਿੱਦਾਂ ਦਾ ਬਣਿਆ ਮੇਰੇ ਇਸ ਤਰੀਕੇ ਨਾਲ। ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਕਿਸੇ ਨਵੀਂ ਰੈਸਪੀ ਦੇ ਨਾਲ। ਥੈਂਕ ਯੂ ਸੋ ਮੱਚ, ਬਾਏ ਬਾਏ।